ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਨਕੋਦਰ ਤੋਂ ਕੁਝ ਦੂਰੀ 'ਤੇ ਬਾਬਾ ਮੱਲ, ਧੰਨ ਧੰਨ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਸਾਹਿਬ ਦੇ ਵਿੱਚ, ਜਿਹੜਾ ਕਿ ਅੱਜ ਸਲਾਨਾ ਜੋੜ ਮੇਲਾ ਚੱਲ ਰਿਹਾ ਹੈ, ਉਸਦੇ ਸੰਬੰਧ ਵਿੱਚ ਹੈੱਡ ਗ੍ਰੰਥੀ ਅਮਰਜੀਤ ਜੀ ਸਾਡੇ ਨਾਲ ਨੇ। ਸਰ, ਜੇਕਰ ਗੱਲ ਕਰੀਏ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈਗਾ? ਉਹ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਗੁਰੂ ਨਾਨਕ ਨਾਮ ਲੇਵਾ ਪਰਮ ਸਨਮਾਨ ਜੋ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹਿਓ ਭਰ, ਭੰਨ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਐਸੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਧਰਤੀ ਦੇ ਉੱਤੇ ਉਹਨਾਂ ਨੇ ਚਰਨ ਪਾਏ। ਜਿਸ ਟਾਈਮ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਮੌਤ ਸਾਹਿਬ ਵਿਆਹੁਣ ਜਾਂਦੇ ਹਨ ਤਾਂ ਇਸ ਨਗਰ ਵਿੱਚ ਬਾਬਾ ਮੱਲ ਜੀ, ਉਹਨਾਂ ਦੇ ਪਰਮ ਸੇਵਕ, ਉਹਨਾਂ ਦੇ ਦਰਸ਼ਨਾਂ ਵਾਸਤੇ ਉਹਨਾਂ ਨੂੰ ਉਡੀਕਦੇ ਸਨ। ਉਹਨਾਂ ਦੇ ਘੱਟ ਘੱਟ ਕੀ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਐਸੇ ਸਤਿਗੁਰੂ ਉਹਨਾਂ ਦੇ ਜਾਣਨ ਹਾਰੇ ਇੱਥੇ ਉਹਨਾਂ ਨੂੰ ਦਰਸ਼ਨ ਦੇਣ ਵਾਸਤੇ ਇੱਥੇ ਉਹਨਾਂ ਨੇ ਪਾਵਨ ਚਰਨ ਪਾਏ ਅਤੇ ਬਾਬਾ ਮੱਲ ਜੀ
ਜੋ ਜੋੜੇ ਗੰਢਣ ਦਾ ਕੰਮ ਕਰਦੇ ਸਨ, ਨਾਲ ਨਾਲ ਭਗਤੀ ਕਰਦੇ ਸਨ। ਸਤਿਗੁਰੂ ਜੀ ਜਦੋਂ ਇਸ ਟਾਈਮ ਉਹਨਾਂ ਨੂੰ ਦਰਸ਼ਨ ਦਿੱਤੇ ਅਤੇ ਉਹਨਾਂ ਨੇ ਜੋੜਾ ਪਹਿਨਾਇਆ, ਸਤਿਗੁਰੂ ਜੀ ਨੇ ਖੁਸ਼ ਹੋ ਕੇ ਉਹਨਾਂ ਨੂੰ ਕਿਹਾ ਬਾਬਾ ਜੀ ਮੰਗੋ ਜੋ ਮੰਗਣਾ। ਅਤੇ ਬਾਬਾ ਮੱਲ ਜੀ ਦੇਹ ਰੋਗਤਾ ਤੋਂ ਪੀੜਿਤ ਸਨ, ਉਹਨਾਂ ਨੇ ਦੇਹ ਰੋਗਤਾ ਦਾ ਵਾਸਤੇ ਦਾਨ ਵਾਸਤੇ ਬੇਨਤੀ ਕੀਤੀ। ਸਤਿਗੁਰੂ ਜੀ ਉਹਨਾਂ ਨੂੰ ਦੇਹ ਰੋਗਤਾ ਦਾ ਦਾਨ ਦਿੱਤਾ ਅਤੇ ਨਾਲ ਹੀ ਵਰ ਬਖਸ਼ੇ ਕਿ ਜੋ ਵੀ ਇਸ ਸਥਾਨ 'ਤੇ ਆਵੇਗਾ ਸ਼ਰਧਾ ਸਹਿਤ ਉਹਨਾਂ ਦੇ ਦੁੱਖ ਵੀ ਦੂਰ ਹੋਣਗੇ। ਸੋ ਅੱਜ ਉਹਨਾਂ ਦੇ ਮੁੱਖ ਵਾਕ ਸਤਿਗੁਰੂ ਜੀ ਦੇ ਫਲੀਭੂਤ ਹੋ ਰਹੇ ਹਨ, ਉਹ ਪੂਰੇ ਹੋ ਰਹੇ ਹਨ। ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤਾਂ ਜੋ ਦੇਹ ਰੋਗ ਤੋਂ ਪੀੜਿਤ ਹਨ, ਉਹ ਇੱਥੇ ਆ ਕਰਕੇ ਦੇਹ ਰੋਗਤਾ ਦਾ ਦਾਨ ਪ੍ਰਾਪਤ ਕਰਦੇ ਹਨ ਅਤੇ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਨ। ਅੱਜ ਦੇ ਦਿਨ ਜੋ ਸਾਲਾਨਾ ਜੋੜ ਮੇਲਾ, ਅੱਜ 435ਵਾਂ ਸਾਲਾਨਾ ਜੋੜ ਮੇਲਾ ਸਮੂਹ ਸਾਧ ਸੰਗਤ ਬੜੇ ਉਤਸ਼ਾਹ ਅਤੇ ਸ਼ਰਧਾ ਸਹਿਤ ਮਨਾ ਰਹੀਆਂ ਹਨ। ਇਹ ਸਾਲਾਨਾ ਜੋੜ ਮੇਲਾ ਜੋ ਜੂਨ ਮਹੀਨੇ ਦੇ ਦੂਸਰੇ ਹਫ਼ਤੇ ਯਾਨੀ ਜੋ ਜੇਠ ਮਹੀਨੇ ਦਾ ਅਖੀਰਲਾ ਸ਼ਨੀਵਾਰ ਹੁੰਦਾ ਹੈ, ਉਸ ਸ਼ਨੀਵਾਰ ਇੱਥੇ ਬੜੀ ਸ਼ਰਧਾ ਦੇ ਨਾਲ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ, ਜੋ ਦੇਸ਼ਾਂ ਵਿਦੇਸ਼ਾਂ ਵਿੱਚੋਂ ਹੁੰਮ ਹੁੰਮ ਆ ਕੇ ਸੰਗਤਾਂ ਪੁੱਜਦੀਆਂ ਹਨ ਅਤੇ ਆਪਣੀਆਂ ਸ਼ੁਭ ਮਨੁੱਖ ਕਾਮਨਾਵਾਂ ਪੂਰੀਆਂ ਕਰਦੀਆਂ ਹਨ। ਜੋ ਇੱਥੇ ਦਾ ਜੋ ਹਰ ਵਕਤ ਇੱਥੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਰਹਿੰਦੇ ਹਨ, ਸੰਗਤਾਂ ਆਪਣੀਆਂ ਸ਼ੁਭ ਮਨੁੱਖ ਭਾਵਨਾਵਾਂ ਦੁਆਰਾ ਕੋਈ ਤੰਦਰੁਸਤੀ ਵਾਸਤੇ, ਕੋਈ ਵਿਦੇਸ਼ ਜਾਣ ਵਾਸਤੇ, ਕੋਈ ਵਿਦੇਸ਼ ਵਿੱਚ ਪੱਕੇ ਹੋਣ ਵਾਸਤੇ, ਸ਼ੁਕਰਾਨੇ ਵਾਸਤੇ ਕਰਦੀਆਂ ਹਨ। ਅਤੇ ਇੱਥੇ ਅੱਠੇ ਪਹਿਰ ਲੰਗਰ ਦਾ ਪ੍ਰਵਾਹ ਚੱਲਦਾ ਹੈ। ਇਹ ਜੋ ਅਸਥਾਨ ਹੈ, ਇੱਥੇ ਸ਼ਨੀਵਾਰ ਚੌਂਕੀ ਦਾ ਦਿਨ ਹੁੰਦਾ ਹੈ, ਜੋ ਸੰਗਤਾਂ ਪੀੜਿਤ ਹਨ ਉਹ ਸੱਤ ਚੌਂਕੀਆਂ ਦਾ ਇੱਥੇ ਜੋ ਮਰਯਾਦਾ ਹੈ, ਜੋ ਦੂਰ ਤੋਂ ਆਉਂਦਾ ਹੈ ਜਾਂ ਜੋ ਜ਼ਿਆਦਾ ਮਰੀਜ਼ ਹੈ ਉਸ ਵਾਸਤੇ ਇੱਕ ਚੌਂਕੀ ਇੱਥੇ ਭਰ ਕੇ ਪੰਜ ਘਰ ਭਰਨ ਦਾ ਅਤੇ ਸੱਤਵੀਂ ਫਿਰ ਇੱਥੇ ਆ ਕਰਕੇ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਨ। ਇਸ ਤਰ੍ਹਾਂ ਸੰਗਤਾਂ ਜੋ ਹੈ ਇੱਥੇ ਨਤਮਸਤਕ ਹੋ ਕੇ ਪ੍ਰਸੰਨ ਹੁੰਦੀਆਂ ਹਨ ਜੀ। ਇਹ ਇੱਥੇ ਦਾ ਇਤਿਹਾਸ, ਸੰਖੇਪ ਇਤਿਹਾਸ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਜੇਕਰ ਇੱਥੇ ਆਉਣਾ ਹੋਵੇ ਕਿਸੇ ਨੇ ਤਾਂ ਉਹਨੂੰ ਕਿਸ ਦਿਨ ਆਉਣਾ ਚਾਹੀਦਾ ਹੈਗਾ ਵਾ? ਇੱਥੇ ਸ਼ਨੀਵਾਰ ਜੋ ਹੈ ਉਹ ਇੱਥੇ ਮੇਲਾ ਲੱਗਦਾ ਹੈ। ਵੈਸੇ ਤਾਂ ਸੰਗਤਾਂ ਖੁਸ਼ੀ ਦੇ ਤੌਰ 'ਤੇ ਜਿਸ ਵਕਤ ਵੀ ਆ ਸਕਦੀਆਂ ਹਨ, ਪਰ ਜੋ ਚੌਂਕੀ ਭਰਦੇ ਹਨ ਉਹ ਜੋ ਸ਼ਨੀਵਾਰ ਦਾ ਦਿਨ ਹੈ, ਸਵੇਰ ਤੋਂ ਲੈ ਕੇ ਕੀਰਤਨ ਆਰੰਭ ਹੋ ਜਾਂਦਾ ਹੈ, ਸ਼ਾਮ ਤੱਕ ਹੁੰਦਾ ਹੈ ਅਤੇ ਐਤਵਾਰ ਸਵੇਰ ਨੂੰ 5 ਵਜੇ 5:30 ਵਜੇ ਜੋ ਹੈ ਉਹ ਸਮਾਪਤੀ ਹੁੰਦੀ ਹੈ। ਫਿਰ ਸੰਗਤਾਂ ਆਪੋ ਆਪਣੇ ਘਰਾਂ ਨੂੰ ਜਾਂਦੀਆਂ ਹਨ ਜੀ। ਸਰ ਕੀ ਨਾਮ ਜੀ? ਮੈਂ ਹਰਕਾਲ ਸਿੰਘ, ਪ੍ਰਧਾਨ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ। ਅੱਜ ਅਸੀਂ ਬਾਬਾ ਮੱਲ ਜੀ ਮਾਲੜੀ ਸਾਹਿਬ ਦੇ ਗੁਰਦੁਆਰਾ ਸਾਹਿਬ ਵਿੱਚ ਸਾਲਾਨਾ ਜੋੜ ਮੇਲੇ 'ਤੇ ਹਾਜ਼ਰ ਹੋਏ ਹਾਂ। ਸੋ ਜਿੱਥੇ ਹਰ ਸਾਲ ਬਹੁਤ ਹੀ ਭਾਰੀ ਸ਼ਰਧਾ ਦੇ ਨਾਲ ਸੰਗਤਾਂ ਇਸ ਮੇਲੇ ਨੂੰ ਮਨਾਉਂਦੀਆਂ, ਸੋ ਅੱਜ ਵੀ ਸੰਗਤਾਂ ਬਹੁਤ ਹੀ ਭਾਰੀ ਗਿਣਤੀ ਦੇ ਵਿੱਚ ਬਾਬਾ ਮੱਲ ਜੀ ਦੇ ਸਥਾਨ 'ਤੇ ਦਰਸ਼ਨ ਦਦਾਰੇ ਕਰਕੇ ਆਪਣਾ ਜੀਵਨ ਸਫਲ ਕਰ ਰਹੀਆਂ। ਸੋ ਰਾਗੀ ਢਾਡੀ ਪ੍ਰਚਾਰਕ ਅੱਜ ਦੇ ਦਿਨ ਜਿਹੜੇ ਦੀਵਾਰ ਆ ਉਹ ਲੱਗ ਰਹੇ ਆ। ਸੋ ਸੰਗਤਾਂ ਜਿਹੜੀਆਂ ਉਹ ਇਸ ਥਾਂ 'ਤੇ ਨਤਮਸਤਕ ਹੋ ਕੇ ਖੁਸ਼ੀਆਂ ਪ੍ਰਾਪਤ ਕਰਦੀਆਂ, ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੀਆਂ। ਸੋ ਮੈਂ ਸਾਰੇ ਅੱਜ ਦੇ ਦਿਨ 'ਤੇ ਜਿੰਨੀਆਂ ਵੀ ਸੰਗਤਾਂ ਇੱਥੇ ਹਾਜ਼ਰ ਹੋਈਆਂ ਆ ਸਾਰੀਆਂ ਹੀ
ਗੁਰੂ ਮਹਾਰਾਜ ਦੀ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲ ਕਰਦੇ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਇਸ ਗੁਰਪੁਰਬ ਦੀਆਂ। ਮੈਂ ਆਪਣੇ ਵੱਲੋਂ ਸਾਰੀ ਸੰਗਤ ਨੂੰ ਫਿਰ ਵਧਾਈਆਂ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ ਆਂਟੀ, ਕੀ ਨਾਮ ਜੀ? ਕਿਹੜੀ ਜਗ੍ਹਾ ਤੋਂ ਆਏ? ਜਿਹੜੀ ਆ ਚਰਨ ਧੂੜ ਮੱਲੀ ਜਾ ਰਹੀ ਹੈਗੀ ਆ, ਇਹਦਾ ਕੀ ਮਹੱਤਵ ਆ? ਅੱਛਾ ਜੀ, ਕਿੰਨਾ ਚਿਰ ਹੋ ਗਿਆ ਤੁਹਾਨੂੰ ਆਉਂਦਿਆਂ ਨੂੰ? ਹਾਂਜੀ ਆਂਟੀ, ਕੀ ਨਾਮ ਜੀ? ਕਿਹੜੀ ਜਗ੍ਹਾ ਤੋਂ ਆਏ? ਅੱਜ ਜਿਹੜੀ ਚਰਨ ਧੂੜ ਮੱਲੀ ਜਾ ਰਹੀ ਹੈਗੀ ਆ, ਇਹਦਾ ਕੀ ਮਹੱਤਵ ਆ ਪਤਾ? ਅੱਛਾ ਜੀ, ਅੱਛਾ ਜੀ, ਕਿੰਨਾ ਚਿਰ ਹੋ ਗਿਆ ਆਉਂਦਿਆਂ ਨੂੰ? ਹੋਰ ਵੀ ਜਿਨ੍ਹਾਂ ਦੇ ਜੋੜ ਦਰਦ ਵਗੈਰਾ ਦੂਰ ਹੁੰਦੇ ਆ, ਕੀ ਕਹਿਣਾ ਚਾਹੋਗੇ ਉਹਨਾਂ ਬਾਰੇ? ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਵੀ ਕੋਈ ਦੁਖੀ ਆਉਂਦਾ ਹੈ ਤਾਂ ਉਹ ਇੱਥੇ ਸੁਖੀ ਹੋ ਕੇ ਜਾਂਦਾ ਹੈ, ਕਿਉਂਕਿ ਇੱਥੇ ਜਿਹੜੀ ਚਰਨ ਧੂੜ ਹੈ ਉਹ ਆਪਣੇ ਸਰੀਰ ਤੇ ਮਲਦਾ ਹੈ, ਜੋੜਾਂ ਦੇ ਦਰਦ ਉਸਦੇ ਠੀਕ ਹੁੰਦੇ ਹਨ, ਅਤੇ ਜਿਹੜਾ ਸੱਤ ਚੁੰਬਕੀਆਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਭਰਦਾ ਹੈ ਉਸਦੇ ਸਾਰੇ ਹੀ ਦੁੱਖ ਦਰਦ ਦੂਰ ਹੁੰਦੇ ਨੇ। ਕੈਮਰਾ ਪਰਸਨ ਨਾਲ ਪਨੀਤ ਅਰੋੜਾ, ਨਿਕੋਦ। ਹਾਂਜੀ ਸਰ।